ਕਿਸਾਨ ਭੈਣ ਭਰਾਵਾਂ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕ੍ਰਿਸ਼ੀ ਹੈਲਪਲਾਈਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਜਿੱਦਾਂ ਕਿ ਤੁਹਾਨੂੰ ਪਤਾ ਹੈ ਵੀ ਅੱਜ ਦੇ ਮਹਿੰਗਾਈ ਦੇ ਦੌਰ 'ਤੇ ਵਧੀਆ ਬੀਜ, ਵਧੀਆ ਕੀਟਨਾਸ਼ਕ ਅਤੇ ਖਾਦ ਅਤੇ ਹੋਰ ਹਾਈਟੈਕ ਮਸ਼ੀਨਾਂ ਇਹ ਬਹੁਤ ਮਹਿੰਗੀਆਂ ਹੋ ਗਈਆਂ ਨੇ ਅਤੇ ਇਹ ਕਿਸਾਨ ਈਜ਼ੀਲੀ ਅਫੋਰਡ ਨਹੀਂ ਕਰ ਸਕਦੇ। ਪਰ ਤੁਹਾਡੀ ਇਹ ਸਮੱਸਿਆ ਦਾ ਹੱਲ ਲੈ ਕੇ ਆਏ ਨੇ ਖੱਟੜਾ ਪੋਟੈਟੋ ਗਰੁੱਪ। ਕਿਸਾਨ ਵੀਰੋ, ਖੱਟੜਾ ਪੋਟੈਟੋ ਗਰੁੱਪ ਛੋਟੇ ਮੋਟੇ ਕਿਸਾਨਾਂ ਦੀ ਮੀਟਿੰਗਾਂ ਤੋਂ ਸ਼ੁਰੂ ਹੋਇਆ ਸੀ, ਪਰ ਅੱਜ ਇਸ ਗਰੁੱਪ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਯੂਪੀ ਦੇ 1800 ਤੋਂ ਵੱਧ ਕਿਸਾਨ ਜੁੜ ਗਏ ਨੇ, ਜੋ ਲਗਭਗ 1,00,000 ਏਕੜ ਤੋਂ ਵੱਧ ਜ਼ਮੀਨ ਵਿੱਚ ਆਲੂਆਂ ਦੀ ਖੇਤੀ ਕਰ ਰਹੇ ਨੇ। ਆਓ ਅਸੀਂ ਇਹਨਾਂ ਤੋਂ ਜਾਣਦੇ ਹਾਂ ਵੀ ਇਹ ਕਿਸਾਨਾਂ ਦੀ ਵੈਲਫੇਅਰ ਲਈ ਕਿਹੜੇ ਕਿਹੜੇ ਕੰਮ ਕਰਦੇ ਨੇ, ਇਹਨਾਂ ਨੇ ਆਪਣਾ ਸਫ਼ਰ ਕਿਵੇਂ ਸ਼ੁਰੂ ਕਰਿਆ। ਕਿਸਾਨ ਵੀਰੋ, ਸਾਡੇ ਨਾਲ ਇਸ ਗਰੁੱਪ ਵੱਲੋਂ ਮੌਜੂਦ ਨੇ ਕਈ ਖਾਸ ਮੈਂਬਰ, ਪਰ ਸਭ ਤੋਂ ਪਹਿਲਾਂ ਅਸੀਂ ਸੰਦੀਪ ਸਿੰਘ ਖਾਲਸਾ ਜੀ ਨਾਲ ਗੱਲ ਕਰਦੇ ਹਾਂ ਅਤੇ ਜਾਣਦੇ ਹਾਂ ਵੀ ਕਿਸਾਨਾਂ ਦੀ ਭਲਾਈ ਲਈ ਇਹ ਗਰੁੱਪ ਕਿਵੇਂ ਕੰਮ ਕਰਦਾ ਹੈ। ਸੰਦੀਪ ਸਿੰਘ ਖਾਲਸਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਾਰੇ ਵੀਰਾਂ ਨੂੰ, ਸਾਡਾ ਜਿਹੜਾ ਮੁੱਖ ਮੇਨ ਕੰਮ ਆ ਉਹ ਛੋਟੇ ਕਿਸਾਨਾਂ ਨੂੰ ਜਾਗਰੂਕ ਕਰਨਾ ਜੀ। ਉਹਦੇ ਵਿੱਚ ਉਹਨਾਂ ਨੂੰ ਪਤਾ ਲੱਗੇ, ਕਿਉਂਕਿ ਅਸੀਂ ਦੇਖਿਆ ਸਭ ਤੋਂ ਪਹਿਲਾਂ ਕਿਸਾਨਾਂ ਦੀ ਲੁੱਟ ਬਹੁਤ ਹੁੰਦੀ ਹੈ ਜੀ। ਕਾਰਨ ਕੀ ਹੈ ਵੀ ਮਹਿੰਗੇ ਭਾਅ ਦੇ ਬੀਜ ਦੇ ਦੇਣੇ ਅਤੇ ਖੇਤਾਂ ਦੇ ਵਿੱਚ ਕੁਛ ਨਿਕਲਣਾ ਨਾ, ਤਾਂ ਉਹਨਾਂ ਦੀ ਜਿਹੜੀ ਹਾਲਤ ਸੀਗੀ ਵਿਚਾਰਿਆਂ ਦੀ ਉਹ ਡਾਊਨ ਹੁੰਦੀ ਗਈ। ਅਤੇ ਉਸ ਤੋਂ ਬਾਅਦ ਸਾਡਾ ਗਰੁੱਪ ਆ ਜੀ, ਅਸੀਂ ਸਾਰੇ ਬੈਠੇ ਹਾਂ, ਸਾਡੇ ਵੀਰ ਜਿੰਨੇ ਵੀ ਨੇ, ਅਤੇ ਹੁਣ ਅਸੀਂ ਜਿਹੜਾ ਤੀਸਰਾ ਮੇਲਾ ਕਰਾ ਰਹੇ ਹਾਂ ਇਹਦੇ ਵਿੱਚ ਸਾਡਾ ਬਹੁਤ ਵੱਡੀ ਧੂਮਧਾਮ ਨਾਲ ਅਸੀਂ ਕਿਸਾਨ ਇਕੱਠੇ ਹੋਣਗੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਰਹੇ ਨੇ। ਜਿੱਦਾਂ ਕਿ ਤੁਸੀਂ ਦੱਸਿਆ ਵੀ ਹਾਈ ਕੁਆਲਿਟੀ ਦੇ ਬੀਜ ਤਿਆਰ ਕਰਦੇ ਹੋ ਜਾਂ ਕੀਟਨਾਸ਼ਕ ਅਵੇਲੇਬਲ ਕਰਵਾਉਂਦੇ ਹੋ, ਹਾਂਜੀ, ਬੀਜ ਤਿਆਰ ਕਰਨ ਦੀ ਵਿਧੀ ਇਹਦੇ ਬਾਰੇ ਕੁਝ ਦੱਸੋ ਜੀ। ਜਿਹੜਾ ਬੀਜ ਕਰਨ ਦੀ ਵਿਧੀ ਹੈ ਤਿਆਰ ਜੀ, ਉਹ ਸਾਡੇ ਗਰੁੱਪ ਦੇ ਵਿੱਚ ਹਰੇਕ ਕਿਸਾਨ ਨੂੰ ਦੱਸੀ ਜਾਂਦੀ ਹੈ ਜੀ। ਜਿਵੇਂ ਕੋਈ ਵੀ ਏਰੀਏ ਤੋਂ ਬੀਜ ਦਾ ਕੋਈ, ਉਹ ਦੱਸ ਰਿਹਾ ਵੀ ਮੈਂ ਖੇਤ ਦੀ ਤਿਆਰੀ ਕਿਵੇਂ ਕਰਨੀ ਆ ਅਤੇ ਕਿਹੜੀ ਇਹਦੇ ਵਿੱਚ ਖਾਦ ਪਾਉਣੀ ਆ, ਕਿਹੜਾ ਇਹਦੇ ਵਿੱਚ ਇੰਪਲੀਮੈਂਟ ਕੰਮ ਕਰਦਾ ਅਤੇ ਕਿਵੇਂ ਅਸੀਂ ਜਿਹੜੀ ਸਾਡੀ ਰਹਿੰਦ ਖੂੰਹ ਦਾ, ਸਾਡੇ ਝੋਨੇ ਦੀ, ਜੀਰੀ ਦੀ, ਜ਼ਿਆਦਾਤਰ ਜਿਵੇਂ ਹੁਣ ਅੱਗ ਪਰਾਲੀ ਤਾਂ ਕਾਫੀ ਚਿਰ ਤੋਂ ਬੈਨ ਹੋ ਗਿਆ ਜੀ, ਅਸੀਂ ਇਹ ਪ੍ਰਦੂਸ਼ਣ ਨਾ ਪੈਦਾ ਕਰੀਏ, ਅਤੇ ਉਹ ਅਸੀਂ ਕਿਸਾਨਾਂ ਨੂੰ ਸਾਡੇ ਗਰੁੱਪ ਦੇ ਰਾਹੀਂ ਦੱਸ ਰਹੇ ਹਾਂ ਵੀ ਕਿਵੇਂ ਮਿੱਟੀ 'ਚ ਮਿਲਾਉਣਾ ਇਹ ਅਤੇ ਕਿਹੜੀ ਖਾਦ ਪਾਉਣੀ ਆ, ਕਿ ਕਿਹੜਾ ਬੀਜ ਲਾਉਣਾ, ਜਿਹੜਾ ਬੀਜ ਲਾਉਣਾ ਕਿਹੜੇ ਸਮੇਂ 'ਚ ਲਾਉਣਾ, ਉਹ ਇਹ ਨਾ ਹੋਵੇ ਪਿਛਲਾ ਬੀਜ ਆਪਾਂ ਪਹਿਲਾਂ ਲੈ ਕੇ ਲਾ ਦਈਏ ਅਤੇ ਪਹਿਲਾ ਬੀਜ ਆਪਾਂ ਪਿੱਛੇ ਲਾ ਦਈਏ। ਹਾਈਟੈਕ ਮਸ਼ੀਨਰੀਜ਼ ਬਾਰੇ ਦੱਸੋ ਜੀ, ਕਿਵੇਂ ਅਵੇਲੇਬਲ ਕਰਾਉਂਦੇ ਜੀ? ਹਾਈਟੈਕ ਮਸ਼ੀਨ ਦੀ ਗੱਲ ਕਰੀਏ, ਸਾਡਾ ਵੀਰ ਜਗਜੀਤ ਸਿੰਘ ਜੀ ਪੂਨੀਆ ਨੇ, ਇਹਨਾਂ ਨੇ ਐਤਕੀ ਥੋੜ੍ਹੇ ਸਮੇਂ ਤੋਂ ਗ੍ਰਾਮੇ ਕੰਪਨੀ ਅਤੇ ਲੈਮਕਨ ਦੇ ਨਾਲ ਕੰਮ ਕਰਿਆ ਇਹਨਾਂ ਨੇ, ਅਤੇ ਇਹਨਾਂ ਨੇ ਡਿਸਟ੍ਰੀਬਿਊਟਰ ਬਣ ਗਏ ਸਾਡੇ ਨਵੇਂ, ਅਤੇ ਇਹ ਸਾਰੇ ਕਿਸਾਨ ਨੂੰ ਦੱਸ ਰਹੇ ਨੇ ਵੀ ਇਹ ਜਿਹੜੀ ਮਸ਼ੀਨ ਆ ਵੀ ਇਹ ਕਿਵੇਂ ਕੰਮ ਕਰੂਗੀ, ਇਹਦੇ ਨਾਲ ਕਿਹੜਾ ਕਿਵੇਂ ਝਾੜ ਵੱਧਦਾ। ਸੋ ਹੁਣ ਆਓ ਇਸ ਗਰੁੱਪ ਦੇ ਮੈਂਬਰ ਜਗਦੀਪ ਸਿੰਘ ਜੀ ਨਾਲ ਗੱਲ ਕਰਦੇ ਹਾਂ। ਜਗਦੀਪ ਸਿੰਘ ਜੀ, ਤੁਸੀਂ ਐਂ ਦੱਸੋ ਵੀ ਤੁਹਾਡਾ ਇਹ ਗਰੁੱਪ ਫਾਰਮਰਸ ਨੂੰ ਟ੍ਰੇਨਿੰਗ ਵੀ ਮੁਹੱਈਆ ਕਰਦਾ? ਹਾਂਜੀ, ਆਪਾਂ ਨਾ ਯਾਨੀ ਕਿ ਸਮੇਂ-ਸਮੇਂ ਦੇ ਉੱਪਰ ਜਦੋਂ ਜਿਹੜੇ ਆਪਣੀ ਫਸਲ ਦੀ ਬਿਜਾਈ ਦਾ ਟਾਈਮ ਹੁੰਦਾ, ਅਸੀਂ ਟ੍ਰੇਨਿੰਗ ਪ੍ਰੋਗਰਾਮ ਰੱਖਦੇ ਹੁੰਦੇ ਹਾਂ। ਜਿਵੇਂ ਇੱਕ ਤਾਂ ਅਸੀਂ ਸਾਲ 'ਚ ਕਿਸਾਨ ਮੇਲਾ ਇੱਕ ਕਰਵਾਉਂਦੇ ਹਾਂ ਵੱਡਾ, ਅਤੇ ਇਹ ਤੋਂ ਇਲਾਵਾ ਅਸੀਂ ਰੱਖਦੇ ਹਾਂ ਟ੍ਰੇਨਿੰਗ ਪ੍ਰੋਗਰਾਮ, ਛੋਟੇ ਟ੍ਰੇਨਿੰਗ ਪ੍ਰੋਗਰਾਮ। ਉਹਦੇ ਵਿੱਚ ਯਾਨੀ ਕਿ ਮੰਨ ਲਓ ਵੀ 200-300 ਫਾਰਮਰ ਆ ਜਾਂਦਾ ਆਪਣਾ, ਇੱਕ ਅਸੀਂ ਕਿਸੇ ਵੀ ਫਾਰਮਰ ਦੇ ਹੀ ਸ਼ੈੱਡ ਦੇ ਵਿੱਚ ਜਿਵੇਂ ਆਪਣੇ ਫਾਰਮ ਹਾਊਸ ਦੇ ਵਿੱਚ ਟ੍ਰੇਨਿੰਗ ਪ੍ਰੋਗਰਾਮ ਰੱਖ ਲੈਂਦੇ ਹਾਂ। ਉੱਥੇ ਆਪਣੀ ਜਿਵੇਂ ਕੰਪਨੀਆਂ ਵਗੈਰਾ ਹੁੰਦੀਆਂ, ਜਿਵੇਂ ਜਿਹੜੀ ਕੰਪਨੀ ਉਸ ਟਾਈਮ ਸਮੇਂ ਦੀ ਕੰਪਨੀ, ਜਿਵੇਂ ਫਰਟੀਲਾਈਜ਼ਰ ਕੰਪਨੀ ਹੋ ਗਈ, ਪੈਸਟੀਸਾਈਡ ਦੀ ਕੰਪਨੀ ਹੋ ਗਈ, ਜਿਹੜੀ ਦਵਾਈਆਂ ਬਾਰੇ ਨੌਲੇਜ ਦਿੰਦੀ ਹੈ, ਅਤੇ ਉਹਨਾਂ ਨੂੰ ਇਨਵਾਈਟ ਕਰਦੇ ਹਾਂ। ਅਤੇ ਡਾਕਟਰ ਸਾਹਿਬਾਨ ਹੋ ਗਏ ਯੂਨੀਵਰਸਿਟੀ ਤੋਂ, ਅਤੇ ਡਾਕਟਰ ਉਹ ਸਾਰੇ ਉੱਥੇ ਪਹੁੰਚਦੇ ਨੇ, ਸਾਇੰਟਿਸਟ, ਅਤੇ ਉਹ ਜਾਣਕਾਰੀ ਦਿੰਦੇ ਨੇ ਸਾਰੀ। ਉਹ ਆਪਾਂ ਯਾਨੀ ਕਿ ਸਾਲ ਦੇ ਵਿੱਚ ਜਿਵੇਂ ਹੁਣ ਅੱਗੇ ਆਲੂ ਦੀ ਕਰੋਪ ਦੀ ਬਿਜਾਈ ਸ਼ੁਰੂ ਹੋਣੀ ਆ, ਅਤੇ ਉਹਦੇ ਵਿੱਚ ਅਸੀਂ ਨੇ ਬਿਜਾਈ ਤੋਂ ਪਹਿਲਾਂ ਇੱਕ ਵਾਰ ਟ੍ਰੇਨਿੰਗ ਪ੍ਰੋਗਰਾਮ ਕਰਾਉਣਾ ਜ਼ਿਮੀਂਦਾਰਾਂ ਦਾ,
ਅਤੇ ਉਹ ਸਾਰੀ ਫਸਲ ਬਾਰੇ ਜਾਣਕਾਰੀ ਦਿੰਦੇ ਨੇ ਵੀ ਕਿਹੜੇ ਕਿਹੜੇ ਸਮੇਂ 'ਤੇ ਕਿਹੜੀਆਂ ਖਾਦਾਂ ਪਾਉਣੀਆਂ ਨੇ, ਕਿਹੜੀਆਂ ਸਪਰੇਆਂ ਕਰਨੀਆਂ ਨੇ, ਕਿਵੇਂ ਆਪਾਂ ਫਸਲ ਝਾੜ ਵਧਾ ਸਕਦੇ ਹਾਂ, ਉਹਦੇ ਬਾਰੇ ਟ੍ਰੇਨਿੰਗ ਪ੍ਰੋਗਰਾਮ ਰੱਖਦੇ ਨੇ ਤਕਰੀਬਨ ਸਮੇਂ ਸਮੇਂ ਦੇ ਉੱਪਰ। ਸੋ ਆਓ ਅਸੀਂ ਹੁਣ ਇਸ ਗਰੁੱਪ ਦੇ ਇੱਕ ਹੋਰ ਮੈਂਬਰ ਜਗਜੀਤ ਸਿੰਘ ਜੀ ਨਾਲ ਗੱਲ ਕਰਦੇ ਹਾਂ। ਜਿੱਦਾਂ ਕਿ ਦੇਖਿਆ ਜਾਂਦਾ ਵੀ ਕਈ ਕਿਸਾਨ ਜਿਹੜੇ ਕਹਿੰਦੇ ਨੇ ਵੀ ਖੇਤੀ ਤਾਂ ਇੱਕ ਹੁਣ ਘਾਟੇ ਦਾ ਹੀ ਸੌਦਾ ਰਹਿ ਗਿਆ, ਅਤੇ ਖਟੜਾ ਪਟਾਟੋ ਗਰੁੱਪ ਵੱਲੋਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ? ਇਹ ਬਾਈ ਜੀ ਪਹਿਲਾਂ ਹੁੰਦਾ ਸੀ ਇੱਦਾਂ, ਹੁਣ 3-4 ਸਾਲ ਤੋਂ ਬਹੁਤ ਖੇਤੀ ਦੇ ਵਿੱਚ ਸੁਧਾਰ ਹੋ ਗਿਆ ਜੀ। ਪਹਿਲਾਂ ਕੀ ਹੁੰਦਾ ਸੀ, ਹਰੇਕ ਕੰਮ ਦੇ ਵਿੱਚ ਲੇਬਰ ਦਾ ਜਿਹੜੀ ਵਰਤੋਂ ਸੀ ਬਹੁਤ ਜ਼ਿਆਦਾ ਸੀ। ਹੁਣ ਬਾਈ ਜੀ ਮਸ਼ੀਨਾਂ ਇੱਦਾਂ ਦੀਆਂ ਆ ਗਈਆਂ ਵੀ ਜਿਹੜੀ ਲੇਬਰ ਦੀ ਵਰਤੋਂ ਆ ਬਹੁਤ ਘੱਟ ਗਈ। ਜਿੱਦਾਂ ਝੋਨਾ ਹੈ, ਜਿਹੜਾ ਝੋਨਾ ਵੀ ਮਸ਼ੀਨਾਂ ਨਾਲ ਲੱਗਣ ਲੱਗ ਗਿਆ ਅਤੇ ਫਾਰਮਰ ਦੀ ਲੇਬਰ ਬਚਣ ਲੱਗ ਗਈ ਜੀ। ਜਿੱਦਾਂ ਅੱਗੇ ਮੱਕੀ ਹੁੰਦੀ ਸੀ ਪਹਿਲਾਂ ਲੇਬਰ ਤੋਂ ਲਵਾਉਂਦੇ ਸੀਗੇ, ਹੁਣ ਮਸ਼ੀਨਾਂ ਆ ਗਈਆਂ ਜੀ। ਅਤੇ ਬਾਈ ਜੀ ਬਹੁਤ ਵੱਡਾ ਸੁਧਾਰ ਹੋਇਆ ਖੇਤੀ ਦੇ ਵਿੱਚ ਜੀ। ਇਹਦੇ ਕਰਕੇ ਜਿਹੜਾ ਹੁਣ ਇਹ ਮੁਨਾਫੇ ਦਾ ਧੰਦਾ ਹੋ ਗਿਆ ਜੀ। ਪਹਿਲਾਂ ਇਹ ਹੁੰਦਾ ਸੀਗਾ ਫਸਲਾਂ ਦੇ ਮੁੱਲ ਵਧੀਆ ਨਹੀਂ ਸੀ ਮਿਲਦੇ, ਹੁਣ ਪਿਛਲੇ 3-4 ਸਾਲ ਤੋਂ ਜਿਹੜਾ ਮੱਕੀ ਦਾ ਵਧੀਆ ਮੁੱਲ ਮਿਲਣ ਲੱਗ ਗਏ ਜੀ। ਅਤੇ ਇੱਕ ਪੱਕੀ ਫਸਲ ਹੋ ਗਈ ਜਿਹੜੀ ਮੱਕੀ, ਜਿੱਦਾਂ ਪਹਿਲਾਂ ਝੋਨੇ ਨੂੰ ਵਧੀਆ ਮੰਨਦੇ ਹੁੰਦੇ ਸੀ, ਹੁਣ ਬਾਈ ਜੀ ਮੱਕੀ ਨੂੰ ਵੀ ਇੱਕ ਵਧੀਆ ਫਸਲ ਮੰਨਣ ਲੱਗ ਗਏ। ਅਤੇ ਬਾਈ ਜੀ ਜਿਹੜੇ ਫਾਰਮਰ ਕਹਿੰਦੇ ਆ ਵੀ ਖੇਤੀ ਘਾਟੇ ਦਾ ਸੌਦਾ, ਬਾਈ ਜੀ ਉਹ ਸਾਡੇ ਨਾਲ ਜੁੜੋ, ਤੁਸੀਂ ਫਿਰ ਇਹ ਨਹੀਂ ਕਹੋਗੇ ਵੀ ਖੇਤੀ ਘਾਟੇ ਦਾ ਸੌਦਾ ਜੀ। ਜਿੱਦਾਂ ਹੁਣ ਨਵੀਂ ਟੈਕਨੋਲੋਜੀ ਦੀਆਂ ਮਸ਼ੀਨਾਂ ਆਈਆਂ ਨੇ, ਜਿੱਦਾਂ ਆਲੂ ਦੇ ਵਿੱਚ ਮਸ਼ੀਨਾਂ ਆਈਆਂ ਨੇ, ਪਹਿਲਾਂ ਬਿਜਾਈ ਹੁੰਦੀ 24 ਇੰਚ ਦੇ, ਫਿਰ 25 ਦੇ ਹੋਣ ਲੱਗੀ, 26 ਦੇ, ਹੁਣ ਬਾਈ 30 ਇੰਚ ਦੀ ਜਿਹੜੀ ਬਾਹਰਲੀ ਤਕਨੀਕ ਆ ਜੀ, ਉਹਦੇ ਤੁਹਾਡਾ 10-20 ਬੈਗ ਦਾ ਆਲੂ ਦੇ ਵਿੱਚ ਝਾੜ ਦਾ ਵਾਧਾ ਹੁੰਦਾ ਜੀ। ਅਤੇ ਜਿੱਦਾਂ ਜਿਹੜਾ ਪੈਡੀ ਟਰਾਂਸਪਲਾਂਟਰ ਆਉਂਦਾ ਜੀ, ਅਤੇ ਉਹਦੇ ਵਿੱਚ 2-3 ਕੁਆਂਟਲ ਤੁਹਾਡਾ ਝਾੜ ਵੱਧਦਾ ਜੀ। ਅਤੇ ਬਾਕੀ ਜਿਹੜੀ ਲੇਬਰ ਆ, ਲੇਬਰ ਦੀ ਤੁਹਾਨੂੰ ਬੱਚਤ ਹੁੰਦੀ ਹੈ ਜੀ। ਪਹਿਲਾਂ ਨਾਲੋਂ ਬਾਈ ਜੀ ਬਹੁਤ ਜ਼ਿਆਦਾ ਜ਼ਮੀਨ ਆਸਮਾਨ ਦਾ ਖੇਤੀ ਦੇ ਵਿੱਚ ਫਰਕ ਪੈ ਗਿਆ ਜੀ।